ਇਟਸ ਯੂਅਰ ਬੋਡੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਡੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਮੈਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ 9-11 ਜਾਣੀ ਸਿੱਧੂ ਮੂਸੇਵਾਲੇ ਦੀ ਬਾਇਓਗ੍ਰਾਫੀ ਲੈ ਕੇ ਹਾਜ਼ਰ ਹੋਇਆ, ਜੋ ਆਪਣੇ ਗੀਤਾਂ ਵਿੱਚ ਅਕਸਰ ਹੀ ਕਹਿੰਦਾ ਮੂਸੇਵਾਲਾ ਜੱਟ 9-11 ਵਰਗਾ ਇਕੱਲਾ ਹੀ ਇੰਡਸਟਰੀ ਨੂੰ ਤੱਕੀ ਫਿਰਦਾ। ਬਦਮਾਸ਼ੀ ਤੇਰੇ ਨਾਂ ਦੀ ਚੋਬਰਾ ਲੈ ਦੇ ਜਿੱਥੇ ਜਾਮ ਚੱਕਾ ਕਰਦਾ। ਸੋ ਬਾਈ ਦੀ ਗੱਲ ਬਿਲਕੁਲ ਸੱਚੀ ਆ, ਪੂਰੀ ਇੰਡਸਟਰੀ ਵਿੱਚ ਬਾਈ ਛਾਇਆ ਹੋਇਆ, ਇੱਕ ਤੋਂ ਬਾਅਦ ਇੱਕ ਸੁਪਰ ਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾ ਰਹੇ ਆ। ਸੋ ਦੋਸਤੋ, ਆਪਾਂ ਅੱਜ ਦੀ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਦੀ ਲਾਈਫ ਬਾਰੇ, ਉਹਨਾਂ ਦੀ ਫੈਮਿਲੀ ਬਾਰੇ, ਉਹਨਾਂ ਦੇ ਕਰੀਅਰ ਬਾਰੇ ਤੇ ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਇਸ ਤੋਂ ਬਿਨਾਂ ਦੋਸਤੋ, ਆਪਾਂ ਅੱਜ ਦੀ ਵੀਡੀਓ ਵਿੱਚ ਇਹ ਵੀ ਗੱਲ ਕਰਾਂਗੇ ਕਿ ਸੰਨ 2015 ਵਿੱਚ ਸਿੱਧੂ ਮੂਸੇਵਾਲੇ ਦੇ ਦਿਲ ਤੇ ਕਿਹੜੀ ਠੋਕਰ ਲੱਗੀ ਸੀ ਜਿਸ ਨੇ ਉਸ ਨੂੰ ਸਟਾਰ ਬਣਾ ਦਿੱਤਾ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ, ਤੇ ਜੇਕਰ ਤੁਸੀਂ ਆਪਣਾ ਚੈਨਲ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਦੋਸਤੋ, ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਸਿੱਧੂ ਮੂਸੇਵਾਲੇ ਦੇ ਜੀਵਨ 'ਤੇ ਇੱਕ ਝਾਤ ਮਾਰਦੇ ਹਾਂ। ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਤਾ ਚਰਨ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਭੋਲਾ ਸਿੰਘ ਸਿੱਧੂ ਦੇ ਘਰ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਪੰਜਾਬ ਵਿਖੇ ਹੋਇਆ। ਸਿੱਧੂ ਮੂਸੇਵਾਲਾ ਨੂੰ ਬਚਪਨ ਤੋਂ ਹੀ ਸਿੰਗਿੰਗ ਨਾਲ ਬਹੁਤ ਜ਼ਿਆਦਾ ਪਿਆਰ ਸੀ। ਸੋ ਜਦੋਂ ਉਹ SVM ਸਕੂਲ ਮਾਨਸਾ ਵਿੱਚ ਪੜ੍ਹਦੇ ਸੀ, ਉਸ ਸਮੇਂ ਵੀ ਉਹਨਾਂ ਦੇ ਸਕੂਲ ਵਿੱਚ ਜੋ ਵੀ ਸੱਭਿਆਚਾਰਕ ਪ੍ਰੋਗਰਾਮ ਹੁੰਦਾ ਸੀ ਉਸ ਵਿੱਚ ਉਹ ਭਾਗ ਲੈਂਦੇ ਸੀ। ਸਾਰੇ ਟੀਚਰ ਸਹਿਬਾਨ ਤੇ ਵਿਦਿਆਰਥੀ ਉਹਨਾਂ ਦੀ ਗਾਇਕੀ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ। ਲਗਭਗ 5ਵੀਂ ਕਲਾਸ ਤੋਂ ਸਿੱਧੂ ਮੂਸੇਵਾਲਾ ਜੀ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਆਪਣੀ ਸਕੂਲਿੰਗ ਕੰਪਲੀਟ ਕਰਨ ਤੋਂ ਬਾਅਦ ਅੱਖਾਂ ਵਿੱਚ ਇੰਜੀਨੀਅਰ ਬਣਨ ਦੇ ਸੁਪਨੇ ਸਜਾ ਸਿੱਧੂ ਮੂਸੇਵਾਲਾ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਦਾਖਲਾ ਲਿਆ ਤੇ ਇਸ ਕਾਲਜ ਤੋਂ ਉਹਨਾਂ ਨੇ BTECH ਕੀਤੀ ਇਲੈਕਟ੍ਰੀਕਲ ਵਿੱਚ। ਇਸ ਸਮੇਂ ਦੌਰਾਨ ਵੀ ਉਹਨਾਂ ਦੇ ਕਾਲਜ ਵਿੱਚ ਜਿੰਨੇ ਵੀ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਸੀ ਉਸ ਵਿੱਚ ਸਿੱਧੂ ਮੂਸੇਵਾਲਾ ਭਾਗ ਲੈਂਦੇ ਸੀ ਤੇ ਉਹਨਾਂ ਦੇ ਵੱਖਰੇ ਸਿੰਗਿੰਗ ਦੇ ਸਟਾਈਲ ਤੇ ਗਾਇਕੀ ਨੂੰ ਸਾਰੇ ਸਟੂਡੈਂਟ, ਉਹਨਾਂ ਦੇ ਯਾਰ ਦੋਸਤ ਤੇ ਪ੍ਰੋਫੈਸਰ ਸਹਿਬਾਨ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਤੇ ਉਹਨਾਂ ਦੀ ਖੂਬ ਪ੍ਰਸ਼ੰਸਾ ਵੀ ਹੁੰਦੀ ਸੀ। ਇਸ ਨਾਲ ਉਹਨਾਂ ਦਾ ਹੌਸਲਾ ਵੱਧਦਾ ਗਿਆ ਤੇ ਉਹਨਾਂ ਨੇ ਆਪਣਾ ਪਹਿਲਾ ਸਿੰਗਲ ਟਰੈਕ ਕਰਾਉਣ ਬਾਰੇ ਸੋਚਿਆ। ਪਰ ਉਸ ਸਮੇਂ ਸਿੱਧੂ ਮੂਸੇਵਾਲਾ ਨੂੰ ਲਿਖਣਾ ਨਹੀਂ ਆਉਂਦਾ ਸੀ, ਉਹ ਇੱਕ ਗੀਤਕਾਰ ਨਹੀਂ ਸੀ। ਇਸ ਕਾਰਨ ਉਹਨਾਂ ਨੇ ਇੱਕ ਚੰਗੇ ਗੀਤਕਾਰ ਦੀ ਭਾਲ ਕਰਨੀ ਸ਼ੁਰੂ ਕੀਤੀ। ਪਰ ਉਹਨਾਂ ਦਾ ਇਹ ਸਫ਼ਰ ਬਹੁਤ ਹੀ ਔਖਾ ਰਿਹਾ, ਕਿਉਂਕਿ ਜਿਸ ਸਮੇਂ ਉਹਨਾਂ ਨੇ ਅਲੱਗ ਅਲੱਗ ਗੀਤਕਾਰਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਜਾਂ ਉਹਨਾਂ ਨੂੰ ਉਹ ਫੋਨ ਰਾਹੀਂ ਵੀ ਸੰਪਰਕ ਕਰਦੇ ਸੀ, ਤਾਂ ਬਹੁਤ ਸਾਰੇ ਗੀਤਕਾਰ ਜੋ ਉਸ ਸਮੇਂ ਚੰਗਾ, ਜਿਨ੍ਹਾਂ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਨਾਮ ਸੀ, ਉਹ ਇੱਕ ਗਾਣਾ ਦੇਣ ਬਦਲੇ ਮੋਟੀ ਰਕਮ ਮੰਗਦੇ ਸੀ। ਤੇ ਉਸ ਸਮੇਂ ਸਿੱਧੂ ਮੂਸੇਵਾਲਾ ਕੋਲ ਇੰਨੇ ਪੈਸੇ ਵੀ ਨਹੀਂ ਹੁੰਦੇ ਸੀ ਕਿ ਉਹ ਇੱਕ ਗੀਤ ਬਦਲੇ ਇੰਨੀ ਮੋਟੀ ਰਕਮ ਦੇ ਸਕੇ। ਸੋ ਇਸ ਨਾਲ ਸਿੱਧੂ ਮੂਸੇਵਾਲਾ ਜੀ ਕਾਫ਼ੀ ਪਰੇਸ਼ਾਨ ਹੋਏ ਤੇ ਬਹੁਤ ਸਾਰੇ ਗੀਤਕਾਰ ਇਸ ਤਰ੍ਹਾਂ ਦੇ ਵੀ ਸੀ ਜੋ ਉਹਨਾਂ ਨੂੰ ਅਕਸਰ ਹੀ ਲਾਰੇ ਲਾਉਂਦੇ ਰਹਿੰਦੇ ਸੀ, ਕਹਿ ਦਿੰਦੇ ਸੀ ਕਿ ਤੈਨੂੰ ਜ਼ਰੂਰ ਗਾਣਾ ਦੇਵਾਂਗੇ, ਪਰ ਗਾਣਾ ਨਹੀਂ ਦਿੰਦੇ ਸੀ। ਪਰ ਦੋਸਤੋ, ਇਸ ਤਰ੍ਹਾਂ ਉਹ ਸੰਘਰਸ਼ ਕਰਦੇ ਰਹੇ ਤੇ ਗੱਲ ਆ ਸੰਨ 2015 ਦੀ, ਜਦੋਂ ਉਹਨਾਂ ਦੀ ਇੱਕ ਗੀਤਕਾਰ ਨਾਲ ਗੱਲ ਹੋਈ ਜਿਸ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਉਸ ਸਮੇਂ ਵੱਡਾ ਨਾਮ ਸੀ। ਉਸਨੇ ਕਿਹਾ ਕਿ ਸਿੱਧੂ, ਮੈਂ ਤੈਨੂੰ ਗਾਣਾ ਦੇ ਦੂੰਗਾ, ਤੂੰ ਮੇਰੇ ਕੋਲ ਪਿੰਡ ਆ ਜੀ। ਤੇ ਫਿਰ ਸਿੱਧੂ ਮੂਸੇਵਾਲੇ ਨੇ ਇਸੇ ਤਰ੍ਹਾਂ ਕੀਤਾ। ਇੱਕ ਦਿਨ ਉਹ ਉਸਦੇ ਪਿੰਡ ਵੱਲ ਚੱਲ ਪਏ, ਬਹੁਤ ਜ਼ਿਆਦਾ ਮੀਂਹ ਆ ਰਿਹਾ ਸੀ, ਪਰ ਸਿੱਧੂ ਮੂਸੇਵਾਲਾ ਕਿਸੇ ਤਰ੍ਹਾਂ ਉਹਨਾਂ ਦੇ ਪਿੰਡ ਪਹੁੰਚ ਗਏ ਤੇ ਉਹਨਾਂ ਦੇ ਪਿੰਡ ਪਹੁੰਚ ਕੇ ਸਿੱਧੂ ਮੂਸੇਵਾਲਾ ਨੇ ਉਸ ਨਾਮਵਰ ਗੀਤਕਾਰ ਨੂੰ ਫੋਨ ਕੀਤਾ ਕਿ ਬਾਈ ਜੀ, ਮੈਂ ਤੁਹਾਡੇ ਪਿੰਡ ਪਹੁੰਚ ਚੁੱਕਿਆ, ਮੈਨੂੰ ਤੁਸੀਂ ਆਪਣਾ ਘਰ ਦੱਸ ਦਿਓ, ਮੈਂ ਤੁਹਾਡੇ ਪਿੰਡ ਦੇ ਅੱਡੇ 'ਤੇ ਖੜ੍ਹਾਂ। ਪਰ ਉਸ ਗੀਤਕਾਰ ਨੇ ਇਹ ਕਹਿ ਦਿੱਤਾ ਕਿ ਅੱਜ ਮੀਂਹ ਬਹੁਤ ਜ਼ਿਆਦਾ ਪੈ ਰਿਹਾ, ਮੈਂ ਤੈਨੂੰ ਨਹੀਂ ਮਿਲ ਸਕਦਾ, ਤੂੰ ਇੱਥੋਂ ਵਾਪਸ ਚਲਾ ਜਾ। ਸੋ ਉਸ ਗੀਤਕਾਰ ਦੇ ਇਸ ਮਾੜੇ ਵਿਵਹਾਰ ਨੇ ਸਿੱਧੂ ਮੂਸੇਵਾਲੇ ਦੇ ਦਿਲ ਨੂੰ ਡੂੰਘੀ ਠੇਸ ਪਹੁੰਚਾਈ। ਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਸੰਨ 2015 ਵਿੱਚ ਸਿੱਧੂ ਮੂਸੇਵਾਲਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਪੜ੍ਹ ਰਹੇ ਸੀ। ਉਹ ਉੱਥੋਂ ਵਾਪਸ ਆਪਣੇ ਹੋਸਟਲ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਇਹ ਸਹੁੰ ਖਾਧੀ ਕਿ ਅੱਜ ਤੋਂ ਬਾਅਦ ਮੈਂ ਕਿਸੇ ਵੀ ਗੀਤਕਾਰ ਤੋਂ ਕੋਈ ਗਾਣਾ ਨਹੀਂ ਲੈਣਾ, ਮੈਂ ਜੋ ਵੀ ਗਾਣੇ ਗਾਊਂਗਾ ਮੈਂ ਆਪਣੇ ਗਾਣੇ ਲਿਖੇ ਹੋਏ ਗਾਊਂਗਾ, ਮੈਂ ਕਿਸੇ ਦਾ ਗੀਤ ਨਹੀਂ ਗਾਉਣਾ। ਫਿਰ ਸਿੱਧੂ ਮੂਸੇਵਾਲੇ ਨੇ ਲਗਭਗ 1.5 ਸਾਲ ਬਹੁਤ ਜ਼ਿਆਦਾ ਮਿਹਨਤ ਕੀਤੀ, ਦਿਨ ਰਾਤ ਉਹ ਗਾਣੇ ਲਿਖਦੇ ਰਹੇ। ਸ਼ੁਰੂਆਤ ਵਿੱਚ ਉਹਨਾਂ ਤੋਂ ਵਧੀਆ ਗਾਣੇ ਨਹੀਂ ਲਿਖੇ ਗਏ, ਫਿਰ ਉਹ ਮਿਹਨਤ ਕਰਦੇ ਰਹੇ, ਹੌਲੀ ਹੌਲੀ ਸਿੱਖਦੇ ਗਏ ਤੇ ਉਹਨਾਂ ਨੇ ਇੱਕ ਦਿਨ ਬਹੁਤ ਹੀ ਵਧੀਆ ਗਾਣੇ ਲਿਖਣੇ ਸ਼ੁਰੂ ਕਰ ਦਿੱਤੇ। ਤੇ ਦੋਸਤੋ, ਜਿਵੇਂ ਕਹਿੰਦੇ ਕਿ ਬੰਦੇ ਦੀ ਕੀਤੀ ਹੋਈ ਮਿਹਨਤ ਕਦੇ ਵੀ ਬੇਕਾਰ ਨਹੀਂ ਜਾਂਦੀ ਤੇ ਵਾਹਿਗੁਰੂ ਜੀ ਹਮੇਸ਼ਾ ਮਿਹਨਤ ਕਰਨ ਵਾਲਿਆਂ ਨੂੰ ਉਹਨਾਂ ਦੀ ਮਿਹਨਤ ਦਾ ਫਲ ਜ਼ਰੂਰ ਦਿੰਦੇ ਆ। ਸੋ ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੀ ਮਿਹਨਤ ਨੇ ਵੀ ਰੰਗ ਲਿਆਂਦਾ। ਉਹਨਾਂ ਦਾ ਲਿਖਿਆ ਹੋਇਆ ਪਹਿਲਾ ਗੀਤ
ਪੰਜਾਬੀ ਗਾਇਕ ਨਿੰਜੇ ਨੇ ਗਾਇਆ। ਸੰਨ 2016 ਵਿੱਚ ਗਾਣਾ ਸੀ ਲਾਇਸੈਂਸ ਤੇ ਗਾਣੇ ਦੇ ਬੋਲ ਸੀ ਜਿਹਨੇ ਦੇੜਨੀਆਂ ਹਿੱਕਾਂ ਉਹ ਲਾਇਸੈਂਸ ਨਹੀਂ ਲੈਂਦੇ। ਇਸ ਗਾਣੇ ਨੇ ਪੂਰੀ ਪੰਜਾਬੀ 'ਮਿਊਜ਼ਿਕ ਇੰਡਸਟਰੀ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਭੁਚਾਲ ਲਿਆ ਤਾ, ਸੁਪਰ ਡੁਪਰ ਹਿੱਟ ਸੌਂਗ ਹੋਇਆ ਤੇ ਪੰਜਾਬੀਆਂ ਨੇ ਇਸ ਗਾਣੇ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਇਸ ਦੇ ਨਾਲ ਹੀ ਪੰਜਾਬੀ 'ਮਿਊਜ਼ਿਕ ਇੰਡਸਟਰੀ ਵਿੱਚ ਇਹ ਵੀ ਪਤਾ ਲੱਗ ਗਿਆ ਕਿ ਸਿੱਧੂ ਮੂਸੇਵਾਲਾ ਹੁਣ ਪੰਜਾਬੀ 'ਮਿਊਜ਼ਿਕ ਇੰਡਸਟਰੀ ਵਿੱਚ ਪਹੁੰਚ ਚੁੱਕਿਆ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਉਹਨਾਂ ਦੇ ਲਿਖੇ ਹੋਏ ਗਾਣੇ ਹੋਰ ਵੀ ਕਈ ਪੰਜਾਬੀ ਸਿੰਗਰਾਂ ਨੇ ਗਾਏ। ਇਸ ਤੋਂ ਬਾਅਦ ਸਿੱਧੂ ਮੂਸੇਵਾਲਾ ਜੀ ਆਪਣੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਕੈਨੇਡਾ ਚਲੇ ਗਏ। ਉੱਥੇ ਜਾ ਕੇ ਉਹਨਾਂ ਨੇ ਆਪ ਵੀ ਗਾਉਣਾ ਸ਼ੁਰੂ ਕਰ ਦਿੱਤਾ ਤੇ ਸੰਨ 2017 ਵਿੱਚ ਉਹਨਾਂ ਦਾ ਪਹਿਲਾ ਗਾਣਾ ਆਇਆ ਜੀ ਵੈਗਨ। ਗਾਣੇ ਦੇ ਬੋਲ ਸੀ ਜਿੱਥੇ ਬੰਦਾ ਮਾਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬਿਲੋਂਗ ਕਰਦਾ। ਇਸ ਗਾਣੇ ਨੇ ਕਈ ਰਿਕਾਰਡ ਬਣਾਏ। ਇਹ ਗਾਣਾ ਸੁਪਰ ਡੁਪਰ ਹਿੱਟ ਹੋਇਆ ਤੇ ਇਸ ਗਾਣੇ ਨੇ ਸਿੱਧੂ ਮੂਸੇਵਾਲੇ ਨੂੰ ਰਾਤੋ ਰਾਤ ਸੁਪਰ ਸਟਾਰ ਬਣਾ ਦਿੱਤਾ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਹਨਾਂ ਦੇ ਬਹੁਤ ਸਾਰੇ ਗਾਣੇ ਹੁਣ ਤੱਕ ਸੁਪਰ ਹਿੱਟ ਹੋ ਚੁੱਕੇ ਆ ਜਿਨ੍ਹਾਂ ਦੀ ਲਿਸਟ ਬਹੁਤ ਲੰਬੀ ਆ, ਪਰ ਫਿਰ ਵੀ ਜੇ ਆਪਾਂ ਦੇ ਕੁਝ ਖਾਸ ਗੀਤਾਂ ਦੀ ਗੱਲ ਕਰੀਏ ਤਾਂ ਉਹਨੇ ਜੀ ਵੈਗਨ, ਸੋ ਹਾਈ, ਰੇਂਜ ਰੋਵਰ, ਦੁਨੀਆ, ਡਾਰਕ ਲਵ, ਟੋਚਣ, ਇਟਸ ਆਲ ਅਬਾਊਟ ਯੂ, ਜਸਟ ਲਿਸਨ ਤੇ ਇਸ ਦੇ ਨਾਲ ਹੀ ਉਹਨਾਂ ਦਾ ਗਾਣਾ ਜੋ ਹਾਲੀਵੁੱਡ ਵਿੱਚ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਉਹ ਹੈ AK-47। ਇਸ ਗਾਣੇ ਵਿੱਚ ਉਹਨਾਂ ਨਾਲ ਹਾਲੀਵੁੱਡ ਸਿੰਗਰਾਂ ਨੇ ਵੀ ਕੰਮ ਕੀਤਾ ਤੇ ਇਸ ਗਾਣੇ ਨੂੰ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਤੇ ਇਸ ਗਾਣੇ ਨਾਲ ਸਿੱਧੂ ਮੂਸੇਵਾਲੇ ਨੇ ਪੰਜਾਬੀਆਂ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ। ਇਸ ਦੇ ਨਾਲ ਹੀ ਉਹਨਾਂ ਦਾ ਰੀਸੈਂਟਲੀ ਜੋ ਸੌਂਗ ਆਇਆ ਸੀ ਧੱਕਾ, ਇਸ ਗਾਣੇ ਨੇ ਵੀ ਬਹੁਤ ਸਾਰੇ ਰਿਕਾਰਡ ਬਣਾਏ। ਸੋ ਦੋਸਤੋ, ਸਿੱਧੂ ਮੂਸੇਵਾਲਾ ਉਹ ਪੰਜਾਬੀ ਗਾਇਕ ਆ ਜਿਸ ਦੇ ਬਾਲੀਵੁੱਡ ਤੇ ਹਾਲੀਵੁੱਡ ਵਿੱਚ ਵੀ ਵੱਡੇ ਵੱਡੇ ਜੋ ਸੁਪਰ ਸਟਾਰ ਆ ਉਹ ਵੀ ਫੈਨ ਆ। ਜੇ ਆਪਾਂ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਸੁਪਰ ਸਟਾਰ ਰਣਬੀਰ ਸਿੰਘ ਵੀ ਸਿੱਧੂ ਮੂਸੇਵਾਲੇ ਦਾ ਫੈਨ ਆ, ਕਿਉਂਕਿ ਉਹ ਵੀ ਅਕਸਰ ਹੀ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕੋਈ ਨਾ ਕੋਈ ਸਟੋਰੀ ਜ਼ਰੂਰ ਸ਼ੇਅਰ ਕਰਦੇ ਆ ਤੇ ਉਹ ਸਿੱਧੂ ਮੂਸੇਵਾਲੇ ਦੀ ਸਿੰਗਿੰਗ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਵੀ ਕਰਦੇ ਆ। ਦੋਸਤੋ, ਹੁਣ ਆਪਾਂ ਸਿੱਧੂ ਮੂਸੇਵਾਲੇ ਦੇ ਅਵਾਰਡਸ ਬਾਰੇ ਗੱਲ ਕਰਦੇ ਹਾਂ। ਵੈਸੇ ਤਾਂ ਜਿੰਨੇ ਵੀ ਸਿੱਧੂ ਮੂਸੇਵਾਲੇ ਦੇ ਫੈਨ ਆ ਉਹ ਜਾਣਦੇ ਆ ਕਿ ਸਿੱਧੂ ਨੂੰ ਅਵਾਰਡਸ ਲੈਣ ਦਾ ਬਿਲਕੁਲ ਸ਼ੌਂਕ ਨਹੀਂ ਤੇ ਉਹ ਅਕਸਰ ਹੀ ਆਪਣੀਆਂ ਇੰਟਰਵਿਊਜ਼ ਵਿੱਚ ਵੀ ਕਹਿੰਦੇ ਆ ਕਿ ਮੈਂ ਅਵਾਰਡਸ ਦਾ ਬਿਲਕੁਲ ਭੁੱਖਾ ਨਹੀਂ, ਜਿੰਨੇ ਵੀ ਮੇਰੇ ਫੈਨਸ ਆ ਜਿਹੜੇ ਮੈਨੂੰ ਪਿਆਰ ਕਰਦੇ ਆ ਉਹੀ ਮੇਰੇ ਲਈ ਅਵਾਰਡ ਆ। ਸੋ ਉਹ ਬਹੁਤ ਹੀ ਘੱਟ ਅਵਾਰਡਸ ਫੰਕਸ਼ਨ ਤੇ ਜਾਂਦੇ ਆ। ਪਰ ਦੋਸਤੋ, ਪਿਛਲੇ ਦਿਨੀ ਉਹਨਾਂ ਨੂੰ ਇੱਕ ਅਵਾਰਡ ਮਿਲਿਆ ਜੋ ਸੀ ਬ੍ਰਿਟ ਏਸ਼ੀਆ 'ਮਿਊਜ਼ਿਕ ਅਵਾਰਡ। ਇਸ ਅਵਾਰਡ ਨਾਲ ਉਹਨਾਂ ਨੂੰ ਨਵਾਜਿਆ ਗਿਆ ਜੋ ਕਿ ਸਿੱਧੂ ਮੂਸੇਵਾਲੇ ਲਈ ਬਹੁਤ ਹੀ ਮਾਣ ਦੀ ਗੱਲ ਆ। ਸੋ ਇਹ ਬਹੁਤ ਵੱਡਾ 'ਮਿਊਜ਼ਿਕ ਅਵਾਰਡ ਸੀ ਜਿਸ ਨੂੰ ਸਿੱਧੂ ਮੂਸੇਵਾਲੇ ਨੇ ਜਿੱਤਿਆ। ਇਸ ਤੋਂ ਬਿਨਾਂ ਦੋਸਤੋ, ਜੇ ਆਪਾਂ ਸਿੱਧੂ ਮੂਸੇਵਾਲੇ ਦੇ ਆਉਣ ਵਾਲੀਆਂ ਕੁਝ ਐਲਬਮਸ ਜਾਂ ਫਿਲਮਾਂ ਦੀ ਗੱਲ ਕਰੀਏ ਤਾਂ ਵਿੱਚ ਸਿੱਧੂ ਮੂਸੇਵਾਲੇ ਦੇ ਫੈਨਸ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਆ, ਕਿਉਂਕਿ ਮਾਰਚ 2020 ਨੂੰ ਸਿੱਧੂ ਮੂਸੇਵਾਲੇ ਦੀ ਨਵੀਂ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦਾ ਨਾਮ ਹੈ ਯੈਸ ਆਈ ਐਮ ਸਟੂਡੈਂਟ ਤੇ ਇਹ ਫਿਲਮ ਜੋ ਸਿੱਧੂ ਮੂਸੇਵਾਲੇ ਦੇ ਜੀਵਨ ਤੇ ਆਧਾਰਿਤ ਆ। ਇਸ ਤੋਂ ਬਿਨਾਂ ਸੰਨ 2020 ਵਿੱਚ ਹੀ ਉਹਨਾਂ ਦੀ ਇੱਕ ਐਲਬਮ ਵੀ ਆ ਰਹੀ ਹੈ ਜਿਸ ਵਿੱਚ ਘੱਟੋ ਘੱਟ ਉਹ ਦੱਸ ਰਿਹਾ ਕਿ 12-13 ਗੀਤ ਹੋਣਗੇ। ਸੋ ਦੋਸਤੋ, ਜੇ ਆਪਾਂ ਸਿੱਧੂ ਮੂਸੇਵਾਲੇ ਦੀ ਪਰਸਨਲ ਲਾਈਫ ਬਾਰੇ ਗੱਲ ਕਰੀਏ ਤਾਂ ਉਹਨਾਂ ਦੀ ਅਜੇ ਤੱਕ ਮੈਰਿਜ ਨਹੀਂ ਹੋਈ, ਉਹ ਅਨਮੈਰਿਡ ਆ ਤੇ ਉਹ ਕਹਿੰਦੇ ਆ ਕਿ ਕੋਈ ਨਾ ਜਦੋਂ ਮੈਰਿਜ ਹੋਈ ਆਪਾਂ ਖੂਬ ਗੱਜ ਵੱਜ ਕੇ ਇਸ ਗੱਲ ਦੀ ਵੀ ਅਨਾਊਂਸਮੈਂਟ ਕਰਾਂਗੇ। ਸੋ ਦੋਸਤੋ, ਇਸ ਸੀ ਸਿੱਧੂ ਮੂਸੇਵਾਲੇ ਦੀ ਬਾਇਓਗ੍ਰਾਫੀ। ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਦੋਸਤੋ, ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਬੰਦਾ ਮਿਹਨਤ ਕਰਦਾ, ਸੰਘਰਸ਼ ਕਰਦਾ, ਉਹ ਆਪਣੇ ਜੀਵਨ ਵਿੱਚ ਜ਼ਰੂਰ ਕਾਮਯਾਬ ਹੁੰਦਾ। ਸੋ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਜੀਵਨ ਵਿੱਚ ਖੂਬ ਮਿਹਨਤ ਕੀਤੀ, ਸੰਘਰਸ਼ ਕੀਤਾ, ਇਸੇ ਕਾਰਨ ਉਹ ਕਾਮਯਾਬ ਹੋਏ ਤੇ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ। ਤੇ ਦੋਸਤੋ, ਮੈਂ ਤੁਹਾਨੂੰ ਇੱਥੇ ਕਹਿਣਾ ਚਾਹੂੰਗਾ ਕਿ ਔਖਾ ਕੰਮ ਨਹੀਂ ਕੋਈ ਜਹਾਨ ਅੰਦਰ, ਪਰ ਕਰਨਾ ਸਦਾ ਆਰੰਭ ਔਖਾ ਹੋਵੇ, ਹੌਸਲਾ ਤਾਂ ਚੁੱਕ ਪਹਾੜ ਦੇਈਏ, ਬਿਨਾਂ ਹੌਸਲੇ ਚੁੱਕਣਾ ਖੰਭ ਔਖਾ। ਸੋ ਦੋਸਤੋ, ਤੁਸੀਂ ਵੀ ਹਮੇਸ਼ਾ ਜੀਵਨ ਵਿੱਚ ਸਿੱਧੂ ਮੂਸੇਵਾਲੇ ਵਾਂਗ ਮਿਹਨਤ ਕਰਦੇ ਰਹੋ, ਸੰਘਰਸ਼ ਕਰਦੇ ਰਹੋ, ਤੁਸੀਂ ਵੀ ਜ਼ਰੂਰ ਕਾਮਯਾਬ ਹੋਵੋਗੇ। ਅਸੀਂ ਆਪਣੇ ਚੈਨਲ ਬੋਲੀ ਹੋਲੀ ਬਾਬਾ ਦੀ ਸਾਡੀ ਪੂਰੀ ਟੀਮ ਵੱਲੋਂ ਸਿੱਧੂ ਮੂਸੇਵਾਲੇ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਮਿਹਨਤ ਤੇ ਸੰਘਰਸ਼ ਨਾਲ ਗਾਇਕੀ ਦੇ ਖੇਤਰ ਵਿੱਚ ਉਸ ਉੱਚੇ ਮੁਕਾਮ ਨੂੰ ਹਾਸਲ ਕੀਤਾ ਜਿੱਥੇ ਹਰ ਇੱਕ ਗਾਇਕ ਪਹੁੰਚਣਾ ਚਾਹੁੰਦਾ। ਸੋ ਦੋਸਤੋ, ਜੇ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਆ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਨਾਲ ਦੀ ਨਾਲ ਇਸ ਵੀਡੀਓ ਹੇਠਾਂ ਕਮੈਂਟਾਂ ਵਿੱਚ ਲਿਖੋ ਸਿੱਧੂ ਮੂਸੇਵਾਲਾ ਜਿੰਦਾਬਾਦ ਤੇ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਸਿੱਧੂ ਮੂਸੇਵਾਲੇ ਦੇ ਜੀਵਨ ਤੇ ਸੰਘਰਸ਼ ਬਾਰੇ ਜਾਣ ਸਕਣ ਤੇ ਇਸੇ ਤਰ੍ਹਾਂ ਦੇ ਬਾਇਓਗ੍ਰਾਫੀ ਵੀਡੀਓਜ਼ ਹਰ ਰੋਜ਼ ਵੇਖਣ ਲਈ ਆਪਣੇ ਚੈਨਲ ਨੂੰ ਇਸ ਵੀਡੀਓ ਹੇਠਾਂ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇੰਨੇ ਸ਼ਬਦਾਂ ਨਾਲ ਮੈਨੂੰ ਦਿਓ ਇਜਾਜ਼ਤ, ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।